ਸਿੱਧੀ ਬਿਜਾਈ ਦੇ ਜਿਹੜੀ ਆਪਾਂ ਸੀਰੀਜ਼ ਦੇ ਵਿੱਚ ਅਲੱਗ-ਅਲੱਗ ਕਿਸਾਨਾਂ ਦਾ ਝੋਨਾ ਦੇਖ ਰਹੇ ਹਾਂ ਅੱਜ ਆਪਾਂ ਨਵੇਂ ਕਿਸਾਨ ਦਾ ਝੋਨਾ ਦੇਖਾਂਗੇ ਇੱਕ ਦੋ ਜੋ ਦਿੱਕਤਾਂ ਆ ਰਹੀਆਂ ਸਿੱਧੀ ਬਿਜਾਈ 'ਚ ਉਹਦੇ ਬਾਰੇ ਵੀ ਗੱਲ ਕਰਾਂਗੇ ਦੋਸਤੋ ਇਹ ਜੋ ਤੁਸੀਂ ਖੇਤ ਦੇਖ ਰਹੇ ਹੋ ਇਹ ਆਪਣੇ ਕਿਸਾਨ ਹੈ ਸਰਦਾਰ ਹਰਪ੍ਰੀਤ ਸਿੰਘ ਸਰਾਉਂ ਇਹਨਾਂ ਦਾ ਪਿੰਡ ਹੈ ਕਾਂਝਲੀ ਜ਼ਿਲ੍ਹਾ ਸੰਗਰੂਰ ਹੈ ਇਹ ਧੂਰੀ ਦੇ ਕੋਲ ਹੈ ਜੀ ਤੇ ਬਹੁਤ ਵਧੀਆ ਝੋਨਾ ਇਹ ਜਿਹੜੀ ਤੁਸੀਂ ਪਹਿਲਾਂ ਫੋਟੋ ਦੇਖ ਰਹੇ ਹੋ ਇਹ ਫੋਟੋ ਹੈ ਜਾਂ ਇਹ ਵੀਡੀਓ ਹੈ ਲਗਭਗ 27 ਜੂਨ 2020 ਦੀ ਖੇਤ ਦੇ ਵਿੱਚ ਗੈਪ ਵੀ ਸੀਗੇ ਤੇ ਝੋਨਾ ਇਸ ਤਰੀਕੇ ਦਾ ਲੱਗਦਾ ਸੀ ਕਿਸਾਨ ਵੀਰ ਨੇ ਗੈਪ ਫਿਲਿੰਗ ਕਰਵਾਈ ਖੇਤ ਦੇ ਵਿੱਚ ਪਾਣੀ ਭਰ ਕੇ ਰੱਖਿਆ ਸਾਰਾ ਖੇਤ ਪੀਲਾ ਪੈ ਗਿਆ ਜਿਹੜੇ ਨਿੱਕੇ ਬੁੱਟੇ ਸੀਗੇ ਉੱਥੇ ਹੀ ਫਸ ਕੇ ਰਹਿ ਗਏ ਤੇ ਇਹ ਜਿਹੜੀ ਦਿੱਕਤ ਹੈ ਬਹੁਤ ਸਾਰੇ ਕਿਸਾਨਾਂ ਨੂੰ ਪਿਛਲੇ ਦਿਨਾਂ ਦੇ ਵਿੱਚ ਆਈ ਹੈ ਕਿਉਂਕਿ ਟੈਂਪਰੇਚਰ ਹਾਈ ਸੀ ਤਾਪਮਾਨ ਜ਼ਿਆਦਾ ਸੀ ਤੇ ਖੇਤ ਨੂੰ ਪਾਣੀ ਲਾਉਂਦੇ ਸ ਤੇ ਗਰਮ ਪਾਣੀ ਦੇ ਨਾਲ ਪੱਤੇ ਜਿਹੜੇ ਸਾਈਡਾਂ ਵਾਲੇ ਲਾਲ ਜੇ ਹੋ ਜਾਂਦੇ ਸੀਗੇ ਤੇ ਜੜਾਂ ਭੂਰੀਆਂ ਹੋ ਜਾਂਦੀਆਂ ਸੀ ਪਰੰਤੂ ਆਹ ਜਿਹੜੀ ਵਰਖਾ ਹੋਈ ਹੈ ਇੱਕ ਚੰਗੀ ਵਰਖਾ ਹੋਈ ਹੈ ਇਹ ਕਿਸਾਨ ਵੀਰਾਂ ਵਾਸਤੇ ਕਟੋ-ਕਟ ਸਿੱਧੀ ਬਿਜਾਈ ਵਾਲਿਆਂ ਵਾਸਤੇ ਰਾਮਬਾਣ ਦੀ ਤਰ੍ਹਾਂ ਇਹ ਵਰਖਾ ਆਈ ਹੈ ਤਾਂ ਜਿਹੜੇ ਝੋਨੇ ਫਸੇ ਖੜੇ ਸੀਗੇ ਉਹ ਸਾਰੇ ਝੋਨੇ ਸਹੀ ਹੋਣੇ ਸ਼ੁਰੂ ਹੋ ਗਏ ਤੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਫਟਾਰਾ ਸ਼ੁਰੂ ਕਰਤਾ ਇਸ ਖੇਤ ਦੇ ਵਿੱਚ ਇਹ ਪੀਲਾਪਨ ਆਇਆ ਸੀ ਫਿਰ ਅਸੀਂ ਪਾਣੀ ਸਕਾ ਦਿੱਤਾ ਪਾਣੀ ਸਕਾ ਕੇ ਇਹਨੂੰ ਨਾਲ ਯੂਰੀਆ ਦਿੱਤੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ 11 ਜੁਲਾਈ ਦਾ ਖੇਤ ਦੇਖ ਲਓ ਉਹ ਹੀ ਖੇਤ ਹੈ 11 ਜੁਲਾਈ 2020 ਨੂੰ ਇਸ ਖੇਤ ਦੀ 27 ਜੂਨ ਤੋਂ ਲੈ ਕੇ 11 ਜੁਲਾਈ ਤੱਕ ਦੇ ਜਿਹੜੇ ਦਿਨ ਗਏ ਹੈ ਉਹਦੇ ਵਿੱਚ ਇਹ ਖੇਤ ਪੂਰਾ ਫੁੱਲ ਫਲਝ ਭਰ ਗਿਆ ਹੈ ਠੀਕ ਹੈ ਵਰਖਾ ਹੋਈ ਹੈ ਵਰਖਾ ਦਾ ਪਾਣੀ ਇਸ ਸਮੇਂ ਖੇਤ ਦੇ ਵਿੱਚ ਜਿਆਦਾ ਖੜਾ ਹੈ ਪੂਸਾ 44 ਝੋਨਾ ਹੈ ਇਹ ਕਿਸਾਨ ਵੀਰ ਨੇ ਜੋ ਲਗਾਇਆ ਪੂਸਾ 44 ਝੋਨਾ ਲਗਾਇਆ ਹੋਇਆ ਹੈ ਤੇ ਬਹੁਤ ਸੋਹਣਾ ਝੋਨਾ ਇਹਨਾਂ ਦਾ ਖਾਸ ਕਰਕੇ ਜਿਹੜੀ ਸੰਗਰੂਰ ਵਰਗਾ ਡਿਸਟ੍ਰਿਕਟ ਹੈ ਜਿੱਥੇ ਕਿ ਪਾਣੀ ਬਿਲਕੁਲ ਜ਼ਮੀਨ ਦੇ ਪਤਾਲ ਤੱਕ ਪਹੁੰਚ ਚੁੱਕਾ ਹੈ ਹਰ ਸਾਲ ਕਿਸਾਨ ਵੀਰ ਨਵੀਆਂ ਪਾਈਪਾਂ ਦੇ ਟੋਟੇ ਪਾਰੇ ਆ, ਮੋਟਰਾਂ ਵੱਡੀਆਂ ਕਰ ਰਹੇ ਆ ਤਾਂ ਉਹੋ ਜੀ ਜਗ੍ਹਾ ਤੇ ਐਸਵੀਡੀ ਦੀ ਜ਼ਰੂਰਤ ਹੈ। ਪਹਿਲਾ ਸਾਲ ਸੀ ਕਈ ਜਗ੍ਹਾ ਗਲਤੀਆਂ ਹੋਈਆਂ, ਕਈ ਜਗ੍ਹਾ ਕਿਸਾਨ ਕਈ ਤਰੀਕੇ ਦੀਆਂ ਨਾ ਚਾਹੁੰਦੇ ਹੋਏ ਵੀ ਗਲਤੀ ਕਰ ਗਏ। ਜਾਂ ਜਿਹੜਾ ਹੈਗਾ ਤੁਸੀਂ ਇਹ ਕਹਿ ਸਕਦੇ ਹੋ ਕਿ ਕਿਸਾਨ ਤੱਕ ਤਕਨੀਕੀ ਜਾਣਕਾਰੀ ਨਹੀਂ ਪਹੁੰਚੀ। ਪਰੰਤੂ ਬਹੁਤੇ ਕਿਸਾਨ ਵੀਰ ਥੱਕੇ ਨਹੀਂ ਹਾਰੇ ਨਹੀਂ ਤੇ ਇਸਤ ਵਿਧੀ ਨੂੰ ਉਹਨਾਂ ਨੇ ਕਾਮਯਾਬ ਕੀਤਾ ਉਸ ਉਹਨਾਂ ਕਿਸਾਨਾਂ ਦੇ ਵਿੱਚ ਹੀ ਸਰਦਾਰ ਹਰਪ੍ਰੀਤ ਸਿੰਘ ਸਰਾਉ ਪੈਂਡ ਕਾਂਝਲੀ ਦਾ ਨਾਮ ਵੀ ਆਉਂਦਾ ਹੈ ਜਿਨ੍ਹਾਂ ਨੇ ਇਸ ਨੂੰ ਪੂਰੀ ਕਾਮਯਾਬੀ ਦੇ ਨਾਲ ਆਪਣੇ ਖੇਤ ਦੇ ਵਿੱਚ ਕਾਮਯਾਬ ਕੀਤਾ ਤਾਂ ਇਹਨਾਂ ਦਾ ਝਾੜ ਦੇਖ ਕੇ ਇਹਨਾਂ ਦਾ ਖੇਤ ਦੇਖ ਕੇ ਬਾਕੀ ਕਿਸਾਨ ਵੀ ਅਗਲੇ ਸਾਲ ਇਹਨਾਂ ਤੋਂ ਇਹਨਾਂ ਦੇ ਇਲਾਕੇ ਦੇ ਸੇਧ ਜ਼ਰੂਰ ਲੈਣਗੇ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ